ਸ਼ਾਮ ਨੂੰ ਜੀ ਥੋੜ੍ਹੀ ਦੇਰ ਪਹਿਲਾਂ ਹੁਣੇ ਮੈਂ ਥੂਹੀ ਪਿੰਡ ਕੋਈ ਵਿਆਹ ਦਾ ਪ੍ਰੋਗਰਾਮ ਸੀਗਾ ਅਟੈਂਡ ਕਰਨ ਜਾ ਰਹੇ ਸੀਗੇ ਅਤੇ ਥੂਹੀ ਪਿੰਡ ਜਦੋਂ ਆਪਾਂ ਰੇਲਵੇ ਲਾਈਨ ਟੱਪਦੇ ਹਾਂ ਉਹ ਤੋਂ ਅੱਗੇ ਜਾ ਕੇ ਥੋੜ੍ਹਾ ਜਿਹਾ ਨਾ ਗੱਡੀ ਸਲਿੱਪ ਕੀਤੀ ਹੋਈ ਸੀਗੀ, ਦਰਖਤ ਦੇ ਵਿੱਚ ਵੱਜੀ ਹੋਈ ਸੀਗੀ ਔਰ ਇੱਕ ਲਵਪ੍ਰੀਤ ਨਾਂ ਦਾ ਬੱਚਾ ਜਿਹੜਾ ਤਕਰੀਬਨ ਮੇਰੇ ਖਿਆਲ 18-19 ਸਾਲ ਦਾ ਜੀ ਅਤੇ ਹੀਰਾ ਮਹਿਲ ਦਾ ਰਹਿਣ ਵਾਲਾ, ਉਹ ਵਿੱਚ ਸਟੱਕ ਸੀਗਾ, ਫਸਿਆ ਪਿਆ ਸੀਗਾ, ਲੋਕ ਇਕੱਠੇ ਹੋ ਕੇ ਦੇਖ ਰਹੇ ਸੀਗੇ ਤਾਂ ਫਿਰ ਮੈਂ ਆਪਣੀ ਜਿਹੜੀ ਮੇਰੇ ਕੋਲ ਗੱਡੀ ਪਾਇਲਟ ਹੋ ਸੀ ਉਹਦੇ 'ਚ ਉਹਨਾਂ ਨੂੰ ਗੱਡੀ 'ਚੋਂ ਕੱਢਿਆ ਪਹਿਲਾਂ ਤਾਂ ਫਿਰ ਉਹ 'ਚ ਬਿਠਾ ਕੇ ਫਿਰ ਹੁਣ ਹੋਸਪਿਟਲ ਲੈ ਕੇ ਆਏ, ਡਾਕਟਰ ਸਾਹਿਬ ਨੂੰ ਕਹਿ ਕੇ ਚੈੱਕ ਕਰੋ, ਉਹਨਾਂ ਦੀ ਫੈਮਿਲੀ ਨੂੰ ਦੱਸਤਾ, ਫੈਮਿਲੀ ਉਹਨਾਂ ਦੀ ਆ ਗਈ ਹੈ। ਕੰਡੀਸ਼ਨ ਕਿਸ ਤਰ੍ਹਾਂ ਦੀ ਹੁਣ? ਕੰਡੀਸ਼ਨ ਇੱਕ ਤਾਂ ਪੱਟ ਦੱਸ ਰਹੇ ਨੇ ਜੀ, ਪੱਟ ਕਰੈਕ ਹੋ ਗਿਆ ਸਿਰ 'ਤੇ ਇੱਥੇ ਲੱਗਿਆ ਜੀ, ਕੁਛ ਉੱਦਾਂ ਸੋਝੀ ਆ, ਗੱਲਬਾਤ ਕਰ ਰਹੇ ਨੇ, ਪਰਮਾਤਮਾ ਕਰੇ ਠੀਕ ਹੋਵੇ ਬੱਚਾ। ਬਹੁਤ ਵੱਡੀ ਪ੍ਰੋਬਲਮ ਹੈ ਜੀ ਆਪਣੀ ਐਜ ਇਨਸਾਨੀਅਤ ਨਾ, ਹਰ ਦੇ ਅੰਦਰ ਇੱਕ ਡਰ ਹੈ ਬਈ ਜੇ ਮੈਂ ਮਦਦ ਕੀਤੀ ਕੱਲ੍ਹ ਨੂੰ ਪੁਲਿਸ ਨਾਲ ਮੈਨੂੰ ਗਵਾਹ ਬਣਾ ਲਵੇ। ਕਈ ਇੱਦਾਂ ਦੇ ਇੰਸੀਡੈਂਟ ਵੀ ਹੋਏ ਆ ਵੀ ਪੁਲਿਸ ਨੇ ਬਾਅਦ 'ਚ ਇਨਵੋਲਵ ਕਰ ਲਿਆ ਵੀ ਤੁਸੀਂ ਇਹਦੇ 'ਚ ਤੁਸੀਂ ਉਹ ਕੀਤਾ ਜਾਂ ਕੋਈ ਵੀ ਡੈਥ ਵੀ ਹੋ ਜਾਂਦੀ। ਦਿੱਲੀ ਸਰਕਾਰ ਸਾਡੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਔਰ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਸਾਡੀ ਫਰਿਸ਼ਤਾ ਸਕੀਮ ਇੱਕ ਲਾਗੂ ਕਰ ਰਹੀ ਹੈ। ਉਹਦੇ ਵਿੱਚ ਕੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦਾ ਵਸ਼ਿੰਦਾ ਤਾਂ ਹੈ ਹੀ ਹੈ, ਕੋਈ ਬਾਹਰੋਂ ਵੀ ਜੇ ਕੋਈ ਸਟੇਟ ਦਾ ਬੰਦਾ ਕਿਤੇ ਐਕਸੀਡੈਂਟ ਹੋ ਜਾਂਦਾ ਜੀ, ਕਿਤੇ ਵੀ ਹਾਈਵੇ 'ਤੇ, ਲਿੰਕ ਰੋਡ 'ਤੇ ਕਿਤੇ ਵੀ ਐਕਸੀਡੈਂਟ ਹੋ ਜਾਂਦਾ ਤਾਂ ਉਹਨੂੰ ਰਾਈਟ ਵੇ ਉਹਨੂੰ ਹੋਸਪਿਟਲ ਲੈ ਕੇ ਆਉਣਾ ਔਰ ਉਹਨਾਂ ਦਾ ਇਲਾਜ ਫਰੀ ਕਰਨਾ, ਪਰ ਜਿਹੜਾ ਬੰਦਾ ਲੈ ਕੇ ਆਊਗਾ ਉਹਨੂੰ ਸ਼ਾਬਾਸ਼ ਦੇਣੀ ਔਰ ਉਹਦਾ ਮਾਣ ਸਤਿਕਾਰ ਕਰਨਾ। ਇਹ ਫਰਿਸ਼ਤਾ ਸਕੀਮ ਦੇ ਵਿੱਚ ਉਹ ਲਾਗੂ ਕਰ ਰਹੇ ਨੇ ਭਗਵੰਤ ਮਾਨ ਸਾਹਿਬ। ਸੋ ਇਹ ਜ਼ਰੂਰਤ ਹੈ ਜੀ ਬਹੁਤ ਜ਼ਿਆਦਾ, ਕਿਉਂਕਿ ਜਦੋਂ ਐਕਸੀਡੈਂਟ ਹੁੰਦਾ ਲੋੜ ਹੁੰਦੀ ਹੈ, ਐਂਬੂਲੈਂਸ ਨੂੰ ਫੋਨ ਕੀਤਾ ਜੀ, ਉਹ ਕਹਿੰਦਾ ਜੀ ਮੈਂ ਇੱਥੇ ਹਾਂ ਨਹੀਂ ਹਾਂ, ਮੈਂ ਕਿਤੇ ਗਿਆ ਹੋਇਆ ਜੀ। ਪਿੱਛੇ ਜੇ ਨਾ ਕਰਤਾਰ ਕੰਬਾਈਨ ਤੋਂ ਨੇ ਸਾਡੇ ਭਰਾ ਮਨਪ੍ਰੀਤ ਹੋਰੀ, ਉਹਨਾਂ ਨੇ ਮੈਨੂੰ ਇੰਸੀਡੈਂਟ ਦੱਸਿਆ, ਮੈਂ ਘਰ ਗਿਆ ਉਹਨਾਂ ਦੇ, ਉਹ ਕਹਿੰਦੇ ਜੀ ਐਂਬੂਲੈਂਸ ਜਾ ਰਹੀ ਸੀ ਕਿ ਅਸੀਂ ਰੋਕਿਆ ਵੀ, ਅਸੀਂ ਕਿਹਾ ਵੀ ਐਕਸੀਡੈਂਟ ਹੋ ਗਿਆ ਸਾਨੂੰ ਜਰਾ ਪਾਸ ਹੋਸਪਿਟਲ ਛੱਡ ਦਿਓ। ਕਹਿੰਦਾ ਨਹੀਂ ਜੀ ਮੈਨੂੰ ਤਾਂ ਕਾਲ ਨਹੀਂ ਆਈ, ਮੈਂ ਤਾਂ ਚੱਲਿਆ ਜੀ। ਜਾਣੀ ਕਿ ਸਾਨੂੰ ਕਿਤੇ ਨਾ ਕਿਤੇ ਇਨਸਾਨੀ ਦੇ ਤੌਰ 'ਤੇ ਗੱਲ ਸੋਚਣੀ ਪੈਣੀ ਹੈ ਕਿ ਜਿਹੜੀ ਜ਼ਿੰਦਗੀ ਸਾਡੇ ਲਈ ਕੀਮਤੀ ਹੈ ਜੀ, ਠੀਕ ਹੈ ਨਾ, ਔਰ ਬਾਕੀ ਉਹਦੀ ਜਿਹੜੀ ਬਾਕੀ ਸਪੋਰਟ ਕਰਨੀ ਹੈ ਉਹ ਬਾਕੀ ਜ਼ਿੰਮੇਵਾਰੀ, ਅਸੀਂ ਉਹਦਾ ਪ੍ਰੋਪਰ ਸਮਾਨ, ਪ੍ਰੋਪਰ ਗੱਡੀ ਦੀ ਚਾਬੀ, ਉਹਦਾ ਮੋਬਾਈਲ, ਸਾਰਾ ਕੁਛ ਪਰਿਵਾਰ ਨੂੰ ਦਿੱਤਾ ਔਰ ਉੱਥੇ ਡਿਊਟੀ ਲਾ ਕੇ ਆਏ ਕਿ ਗੱਡੀ ਦੇ ਵਿੱਚ ਕੋਈ ਵੀ ਸਮਾਨ ਜਿਹੜਾ ਹੋਵੇ ਇਹਦੀ ਉੱਥੇ ਰਾਖੀ ਕੀਤੀ ਜਾਵੇ ਤਾਂ ਕਿ ਕੋਈ ਕੱਢ ਕੇ ਨਾ ਲੈ ਜਾਵੇ ਕੁਛ। ਸੋ ਇਸ ਇਹੋ ਜਿਹੇ ਜਦੋਂ ਕੋਈ ਹਾਲਾਤ ਬਣਦੇ ਆ ਤਾਂ ਸਾਨੂੰ ਸਭ ਨੂੰ ਹੀ ਮਦਦ ਕਰਨੀ ਚਾਹੀਦੀ ਹੈ। ਮੈਨੂੰ ਯਾਦ ਆ ਮੈਂ ਇੱਕ ਵਾਰੀ ਮੋਹਾਲੀ ਤੋਂ ਆ ਰਿਹਾ ਸੀਗਾ ਅਤੇ ਸੜਕ ਦੇ ਬਿਲਕੁਲ ਸੈਂਟਰ 'ਤੇ ਐਕਸੀਡੈਂਟ ਹੋਇਆ ਪਿਆ ਔਰ ਇੱਕ ਬੰਦਾ ਆਪਣੇ ਸਿਰਹਾਣੇ ਮਤਲਬ ਗੋਦੀ 'ਚ ਲੈ ਕੇ ਉਹਦਾ ਸਿਰ ਰੱਖ ਕੇ ਬੈਠਾ ਸੀ। ਮੈਂ ਪੁੱਛਿਆ ਕੀ ਹੋ ਗਿਆ, ਕਹਿੰਦੇ ਜੀ ਐਕਸੀਡੈਂਟ ਹੋ ਗਿਆ। ਮੈਂ ਕਿਹਾ ਐਂਬੂਲੈਂਸ? ਕਹਿੰਦੇ ਜੀ ਕੋਈ ਫੋਨ ਨਹੀਂ ਚੱਕਦਾ, ਬਈ ਕੋਈ ਮਦਦ ਨਹੀਂ ਕਰ ਰਿਹਾ। ਫਿਰ ਮੈਂ ਆਪਣੀ ਗੱਡੀ 'ਚ ਆਪਣੇ ਵਾਲੀ ਜਿਹੜੀ ਮੇਰੀ ਸਰਕਾਰੀ ਗੱਡੀ ਹੈ 'ਚ ਬਿਠਾ ਕੇ ਮੈਂ ਜਿਹੜਾ ਜੀ ਉੱਥੇ ਮੋਹਾਲੀ ਹੋਸਪਿਟਲ ਦੇ ਵਿੱਚ ਲੈ ਕੇ ਗਿਆ ਅਤੇ ਉਹਨਾਂ ਨੂੰ ਕੋਲੋਂ ਪੈਸੇ ਵੀ ਦਿੱਤੇ, ਮਦਦ ਵੀ ਕੀਤੀ, ਨੰਬਰ ਦੇ ਕੇ ਆਇਆ ਕਿ ਜੇ ਤੁਹਾਨੂੰ ਕਿਸੇ ਦੀ ਲੋੜ ਆ। ਸੋ ਇਹੋ ਜਿਹੇ ਉਪਰਾਲੇ ਜਿਹੜੇ ਆ ਨਾ, ਇਸ ਤਰ੍ਹਾਂ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਸਾਨੂੰ ਕਰਨੀਆਂ ਚਾਹੀਦੀਆਂ ਅਤੇ ਕਿਸੇ ਨਾਲ ਵੀ ਘਟਨਾ ਹੋ ਸਕਦੀ ਹੈ ਜੀ, ਠੀਕ ਹੈ ਨਾ। ਰਾਹਗੀਰ ਕਿਤੇ ਵੀ ਤੁਰਿਆ ਜਾਂਦਾ, ਆਪਾਂ ਨੂੰ ਸਭ ਨੂੰ ਡਰਨ ਦੀ ਬਜਾਏ ਆਪਾਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਆ। ਆਪਾਂ ਨੂੰ ਕੋਈ ਵੀ ਚੀਜ਼ ਜਿਹੜੀ ਹੈ ਨਾ ਜੀ, ਆਪਾਂ ਨੂੰ ਕਹਿੰਦਾ ਤਾਂ ਕੋਈ ਗੱਲ ਨਹੀਂ ਪਾਉਣ ਲੱਗਿਆ ਜੀ। ਜਦੋਂ ਆਪਾਂ ਆਪਣੇ ਕੌਨਫੀਡੈਂਸ ਨਾਲ ਦੱਸਾਂਗੇ ਤਾਂ ਬੰਦਾ ਦੂਜਾ ਵੀ ਸਮਝਦਾਰ ਹੁੰਦਾ ਵੀ ਵਾਕਈ ਇਹ ਬੰਦੇ ਜੈਨੂਨ ਨੇ। ਸੋ ਆਪਾਂ ਨੂੰ ਸਭ ਨੂੰ ਮਦਦ ਕਰਨੀ ਚਾਹੀਦੀ ਐਕਸੀਡੈਂਟ ਦੇ ਵਿੱਚ, ਖਾਸ ਤੌਰ 'ਤੇ ਇਹੋ ਜਿਹੇ ਕੇਸਾਂ ਦੇ ਵਿੱਚ। ਜ਼ਿਆਦਾਤਰ ਮੌਤਾਂ ਤਾਂ ਇਸੇ ਕਰਕੇ ਹੁੰਦੀਆਂ, ਫਸਟ ਏਡ ਨਾਲ ਮਿਲਣੇ ਜਾਂ ਚੱਕਿਆ ਨਹੀਂ ਜਾਂਦਾ ਮੌਕੇ ਤੇ? ਹਾਂ ਬਿਲਕੁਲ ਜੀ ਬਿਲਕੁਲ, ਉਹ ਇੱਕ ਨਾ ਕਨਸੈਪਟ ਜਿਹਾ ਬਣਿਆ ਹੋਇਆ ਜੀ ਕਿ ਜਿਹੜਾ ਵੀ ਮਦਦ ਲਈ ਅੱਗੇ ਆਉਂਦਾ ਉਹਨੂੰ ਇਨਵੋਲਵ ਕਰ ਲਿਆ ਜਾਂਦਾ ਜੀ, ਅਤੇ ਇਹ ਜਿਹੜੀ ਹੁਣ ਫਰਿਸ਼ਤਾ ਸਾਡੀ ਸਕੀਮ ਆ ਰਹੀ ਹੈ ਇਹਨਾਂ ਚੀਜ਼ਾਂ ਤੋਂ ਮੁਕਤੀ ਦਵਾਏਗੀ ਔਰ ਸਾਡੀ ਭਗਵੰਤ ਮਾਨ ਸਰਕਾਰ ਜਿਹੜੀ ਹੈ ਇਹ ਬਹੁਤ ਵੱਡਾ ਫੈਸਲਾ ਔਰ ਉਹਦਾ ਸਾਰਿਆਂ ਨੂੰ ਫਾਇਦਾ ਹੋਏਗਾ।